ਕਰੋ ਮਾਸ਼ਾਅੱਲਾ ਜੀ, ਥਾਣਾ ਦੀ ਵੰਡ ਵੀ ਦੋਸਤਾਂ ਵੇਖਣੀ ਹੈ, ਸੋਹਣੀ ਵੰਡ ਤੇ ਥਾਣ ਲੱਗੇ ਨੇ ਸੁਆ ਦੂਸਰਾ ਤੇ ਮਾਸ਼ਾਅੱਲਾ ਜੀ, ਥਾਣ ਵੀ ਦੋਸਤਾਂ ਚੈੱਕ ਕਰਾ ਦਿੰਨੇ ਆ। ਜੀ ਡੋਗਰ ਸਾਹਿਬ, ਵੈਡ ਨੰਬਰ 4 ਦਾ ਰੇਟ ਸਾਹਿਬ ਫਾਈਨਲ ਫਾਈਨਲ ਯੈਸ ਤੇ ਨੋ ਨਾਲ 2,85,000 ਦੀ ਦੇਵਾਂਗੇ। 2,85,000। ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜ ਮੰਗਲ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੇ ਨਾਮਵਰ ਤੇ ਬ੍ਰਾਂਡ ਵਪਾਰੀ, ਇਹ ਵੇਖੋ ਨੀਲੀ ਦਾ ਬਟਨ, ਸਾਡੀਆਂ ਸਿਫਤਾਂ ਤੋਂ ਪਹਿਲਾਂ ਨੀਲੀ ਦਾ ਬਟਨ ਵਹਾਓ, ਸਰਦਾਰ ਆਸਮ ਡੋਗਰ ਸਾਹਿਬ ਦੇ ਡੇਰੇ ਤੇ ਮੌਜੂਦ ਆ। ਤੇ ਮਾਸ਼ਾਅੱਲਾ ਜੀ, ਡੋਗਰ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ 2 ਪਿਓਰ ਨੀਲੀ ਦੀਆਂ ਝੋਟੀਆਂ, ਇਸ ਤੋਂ ਇਲਾਵਾ 4 ਨੇ ਸ਼ੋਕ ਭਾਈ ਫਰਾਲ ਨੂੰ ਦਾ ਕਰਾਵਾਂਗੇ, ਝੋਟੀਆਂ ਵੀ 7 ਨੇ ਇੱਥੇ ਇਸ ਟਾਈਮ ਮੌਕੇ ਤੇ ਮੌਜੂਦ, 9 ਝੋਟੀਆਂ ਭਾਈ ਆਦਮ ਭੇਜੀਆਂ ਨੇ ਤੇ 2 ਝੋਟੀਆਂ ਸੇਲ ਹੋ ਗਈਆਂ, 7 ਮੌਜੂਦ ਨੇ, ਦੋਂ ਦਾ ਸ਼ੋਕ ਕਰਵਾਵਾਂਗੇ, ਦੂਜੀਆਂ ਦਾ ਅਗਲੀ ਵੀਡੀਓ ਕਰਵਾਵਾਂਗੇ। ਠੀਕ ਹੈ ਮਾਸ਼ਾਅੱਲਾ, ਟੋਟਲ 7 ਨੇ ਸ਼ੋਕ, ਦੋਂ ਦਾ ਕਰਾਣਾ, ਇਸ ਤੋਂ ਇਲਾਵਾ 4 ਟਾਪ ਕਲਾਸ ਖੂਬਸੂਰਤ ਗਾਵਾਂ ਵੀ ਮੌਜੂਦ ਨੇ, ਸਾਰੇ ਜਾਨਵਰਾਂ ਦੀ ਤਸੱਲੀ ਕਰਾਉਣੀ ਆ ਤੇ ਇਹਨਾਂ ਦਾ ਜਿਹੜਾ ਰੇਟ ਹੈ ਉਹ ਵੀ ਮਲੂਮ ਕਰਨੇ ਆ। ਡੋਗਰ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾਲ, ਕੀ ਹਾਲ ਚਾਲ ਨੇ? ਅੱਲਾਹ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਕਰਮ ਹੈ। ਡੋਗਰ ਸਾਹਿਬ ਤੁਸੀਂ ਸੁਣਾਓ, ਠੀਕ ਹੋ, ਸਭ ਹੈਰੀਅਤ ਹੈ? ਸ਼ੁਕਰ ਅਲਹਮਦੁਲਿਲਾ, ਸੋਹਣੇ ਮਾਲਕ ਦਾ ਅਹਿਸਾਨ ਹੈ। ਉਮੀਦ ਕਰਦੇ ਸਾਰੇ ਦੋਸਤ ਅਹਿਬਾਬ ਖੈਰ ਖਰੀਦ ਨਾਲ ਹੋਣਗੇ। ਜੀ ਵਾਲੇਕੁਮ ਅਸਲਾਮ ਜੀ। ਰਹਿਮਾਨ ਬਾਜਵਾ ਸਾਹਿਬ ਨੇ, ਫਰਹਾਦ ਘੁੰਮਣ ਸਾਹਿਬ ਨੇ, ਭਾਈ ਜ਼ਬੀ ਘੁੰਮਣ ਨੇ ਤੇ ਖਸੂਸੀ ਪੈਗਾਮ ਤੁਹਾਨੂੰ, ਤਸਵਰ ਸਾਹਿਬ ਨੂੰ ਤੇ ਨਾਲ ਆਜ਼ਮ ਭਾਈ ਨੂੰ, ਜਿੰਨੀ ਸਾਰੇ ਦੋਸਤ ਨੇ ਸਾਰਿਆਂ ਨੂੰ, ਚੌਰੀ ਆਰਫ ਸਾਹਿਬ ਦਾ ਪਿੰਡੀ ਤੋਂ ਸਾਰਿਆਂ ਨੂੰ ਜਿਹੜਾ ਨਾ ਸਲਾਮ ਹੈ, ਸਵਰ ਸਾਹਿਬ ਤੁਹਾਨੂੰ ਵੀ, ਜੀ ਵਾਲੇਕੁਮ ਸਲਾਮ ਜੀ, ਆਜ਼ਮ ਭਾਈ ਨੂੰ, ਫਰਾਜ਼ ਸਾਹਿਬ ਨੂੰ, ਸਾਰਿਆਂ ਨੂੰ ਉਹਨਾਂ ਕਿਹਾ ਕਿ ਇਕੱਲੇ ਇਕੱਲੇ ਨੂੰ ਨਾਂ ਲੈ ਕੇ ਮੇਰਾ ਵਾਜ਼ਿਆ ਤੌਰ ਤੇ ਸਲਾਮ। ਜੀ ਬਹੁਤ ਸ਼ੁਕਰੀਆ ਜੀ ਆਰਫ ਸਾਹਿਬ ਦਾ। ਤੇ ਡੋਗਰ ਸਾਹਿਬ ਬਹੁਤ ਕਿੱਥੇ ਨੇ? ਆਪੀ ਭਾਈ ਫਿਰ ਗਏ ਜੋ ਤੇਰੀ ਬਾਰ ਚ ਇਹ ਮਾਲ ਲੈਣ, ਮਾਸ਼ਾਅੱਲਾ ਜੀ ਮੱਝਾਂ ਦੀ ਗੱਡੀ ਇੱਕ ਭੇਜੀ ਨੇ ਤੇ ਹਈ ਉੱਥੇ ਹੀ ਨਹੀਂ ਆਈ, ਆਏ ਗੱਡੀ ਕੋਲ ਦੇਵਾਂਗੇ। ਇਹਨੇ ਫੁੱਲ ਮਿਹਨਤ ਕਰਦੇ ਨੇ ਫਿਰ, ਠੀਕ ਹੈ, ਕਰਾਈਏ ਸ਼ੌਕ, ਅੱਜ ਸੁਣਿਆ ਤੁਸੀਂ ਖੜਾਕ ਕਰਨਾ ਉਹ ਇਹਦਾ। ਜੀ ਭਾਈ ਤਸਵਰ ਲੈ ਕੇ ਆਓ ਮਾਸ਼ਾਅੱਲਾ ਜੀ, ਇਹ ਟੋਟਲ 4 ਗਾਵਾਂ ਨੇ, ਲਿਆਓ ਜੀ ਨੰਬਰ 1 ਵਾਲੀ ਲਿਆਓ। ਆਹੋ ਮੈਂ ਪੁੱਛਣਾ ਹਾਂ ਵੀ ਜਾਨਵਰ ਹੋਣੀ ਆਏ ਨੇ, 2 ਗਾਵਾਂ ਹੋਣੀ ਆਈਆਂ ਨੇ ਜੀ, 10 ਮਿੰਟ ਹੋਏ ਨੇ ਆਏ, ਮਗਰ ਬੱਚੀ ਨਹੀਂ ਜੇ ਬਦਲਿਆ, ਮਗਰ ਬੱਚੀ ਤੋਂ ਉਮਰ ਵੇਖੋ ਘੜੀ ਹੈ ਦੋਂਦੀ ਜੇ ਮੂੰਹ। ਲਓ ਦੋਸਤੋ ਇਹ ਮਾਸ਼ਾਅੱਲਾ ਜੀ, ਚੱਲ ਚਾਰ ਦੰਦ ਚੋਗੀ ਹੋ ਰਹੀ ਹੈ, ਇਹ ਪਹਿਲਨ ਵੈੜ ਮਾਸ਼ਾਅੱਲਾ ਜੀ, ਇਹ ਸਿਹਤ ਵੀ ਦੋਸਤਾਂ ਚੈੱਕ ਕਰਨੀ ਹੈ। ਟਾਈਮ ਕੋਈ ਆਰਾਮਦਾਰ ਨਹੀਂ ਹੈਏ, ਹੁਣ ਹੀ ਆਈ ਹੈ ਸਵੇਰ ਉਹਨਾਂ ਸਵੇਰੇ, ਦਿਨ ਚਿੱਟੇ ਦਿਨ ਚੜੇ ਹੀ ਪਈ ਹੈ। ਠੀਕ ਹੈ ਤੇ ਫਿਰ ਮਿੱਠੀ ਵੇ ਕਿੰਨੀ ਕੁ ਸਾਰੀ? ਲਓ ਦੋਸਤੋ ਸ਼ਰਾਫਤ ਚੈੱਕ ਕਰੋ, ਪਹਿਲਨ ਹੋ ਕੇ ਹੈ ਵੀ ਸੀਲ ਸ਼ਰੀਫ ਹੈ, ਸੁਬਾ ਪਹਿਲਾ ਸੂਈ ਹੈ। ਡੋਗਰ ਸਾਹਿਬ ਕਿਦਨ ਦੀ ਸੂਈ ਹੈ ਬਾਈ? ਘਰ ਜਾਣ ਚੱਕਰ ਲਵਾ ਕੇ ਲਿਆਓ। 2-3 ਦਿਨ ਇਹ ਬੋਲੇ ਤੇ ਹੀ ਹੈ, ਕੋਈ 3 ਕੁ ਦਿਨ ਹੋ ਗਏ ਨੇ। ਕਿੰਨਾ ਕੁ ਬੋਲੇ ਡੋਗਰ ਸਾਹਿਬ ਦੇ ਕੋਲ? ਬੱਚੀ ਨੂੰ ਚਿੰਗਾ ਕੇ 12-13 ਕਿਲੋ ਬੋਲਾ ਆ ਜੀ, ਬੱਚੀ ਜਾ ਨੂੰ ਪਲਾ ਕੇ ਭਾਈ ਲਿਆਓ ਜੀ, ਜਾ ਨੂੰ ਪਲਾ ਕੇ ਚੁਆਈ ਚੁਆਈ ਦਾ ਕੋਈ 12-13 ਕਿਲੋ
ਪਹਿਲਾਂ ਮਾਸ਼ਾਅੱਲਾ ਜੀ ਨਸਲ ਕੀ ਡਾਕਟਰ ਸਾਹਿਬ ਦੀ ਸਾਹਿਬ ਅੱਗੋਂ ਜਿਹੜੀ ਹੈ ਨਾ ਮੌਸਮ ਗਰਮੀ ਦਾ ਜੀ ਇਹ ਇੱਕ ਹਿਸਾਬ ਦੀਆਂ ਫਰਿੱਜਾਂ ਹੀ ਨੇ ਗਰਮੀ ਸਰਦੀ ਦਾ ਨਾ ਕੋਈ ਭਾਰ ਨਹੀਂ ਹੋਇਆ ਗਰੰਟੀ ਸ਼ੁਦਾ ਗਾਵਾਂ ਨੇ ਠੀਕ ਹੈ ਕੀ ਨਸਲ ਇਹਦੀ ਨਾੜੂ ਵੀ ਦੋਸਤਾਂ ਵੇਖ ਲੈਣਾ ਨਾੜੂ ਸਾਹਮਣੇ ਨਜ਼ਰ ਆ ਰਿਹਾ ਵੈਡ ਨੰਬਰ ਇੱਕ ਤਾਜ਼ੀ ਸੂਈ ਹੈ ਮਾਸ਼ਾਅੱਲਾ ਜੀ ਡੋਗਰ ਸਾਹਿਬ ਕੋਈ ਡੱਕਾ ਸ਼ੱਕਾ ਨਹੀਂ ਜੇ ਤੁਹਾਨੂੰ ਵੀ ਦੋਸਤਾਂ ਚੱਕ ਕਰਨੇ ਨੇ ਜੀ ਡੋਗਰ ਸਾਹਿਬ ਵੈਡ ਨੰਬਰ ਇੱਕ ਦਾ ਰੇਟ ਫਰਾਜ਼ ਸਾਹਿਬ ਫਾਈਨਲ ਫਾਈਨਲ ਯੈਸ ਤੇ ਨੋ ਜਿੰਝ ਆਈਆਂ ਨੇ ਅੱਜ ਹੀ ਆਈਆਂ ਨੇ ਅੱਜ ਹੀ ਟੁੱਟ ਗਈਆਂ ਟੁੱਟ ਜਾਣਗੀਆਂ ਤੇ ਸਾਨੂੰ ਵੀ ਕੋਈ ਨਹੀਂ ਜਾਇਜ਼ ਜਾਇਜ਼ ਰੇਟ ਹੋਏਗਾ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ ਫਾਈਨਲ 2,85,000 ਦੀ ਦਿਆਂਗੇ 2,85,000 ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਨੰਬਰ ਇੱਕ ਤੇ ਚੈੱਕ ਕਰਾਈ ਹੈ ਕੀਮਤ ਡਿਮਾਂਡ 2,85,000 ਅੱਗੇ ਲੈ ਆਓ ਭਾਈ ਤਸਵਰ ਨੰਬਰ 2 ਵਾਲੀ ਇਹ ਗੱਬਣ ਹੈ ਜੀ ਇਹ ਖੰਡ ਦਾ ਖੜਾਉਣਾ ਜਨਾਬ ਖੰਡ ਦਾ ਖੜਾਉਣਾ ਹੈ ਮਿੱਟੀ ਦਾ ਤੇ ਨਹੀਂ ਨਾ 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 ਫਰਾਜ਼ ਸਾਹਿਬ ਫੀਸ ਤੋਂ ਕਿਹੜੀ ਹੈ ਇਹਦਾ ਸੌਦਾ ਵੀ ਉਹਨਾਂ ਨਾਲ ਹੁੰਦਿਆ ਅੱਛਾ ਬੰਦਾ ਲਜ਼ੀਮ ਬੜਿਆਂ ਦੀ ਜਾਣਾ ਵੈੜੀ ਲਈ ਸੀ ਤੇ ਵੈੜੀ ਵੀ ਅੱਲਾ ਦੇ ਹੁਕਮ ਨਾਲ ਨਾ ਜੀ ਤੇ ਤੱਕਰੋ ਕਿਸ ਤਰ੍ਹਾਂ ਦੀ ਹੈ ਭਾਈ ਫਰਾਜ਼ ਦਰਸ਼ਨ ਕਰਾਓ ਇੱਕ ਵਾਰੀ ਲੋਏ ਦੋਸਤੋ ਮਾਸ਼ਾਅੱਲਾ ਜੀ ਪਾਵਿਆਂ ਦੇ ਫੰਨ ਨੇ ਭਾਈ ਇੱਥੇ ਜ਼ਰਾ ਸਿੱਧੀ ਕਰੋ ਹਾਂ ਭਾਈ ਤਸਵਰ ਸਿਲਾਰ ਨਹੀਂ ਇੱਕ ਹੋਰ ਗੱਲ ਆ ਵੇਖੋ ਇਹ ਚੀਜ਼ ਇਹ ਹਿੱਸਾ ਵੇਖੋ ਵੈੜੀ ਦਾ ਕਿੰਨਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਮੱਝਾਂ ਦਾ ਲੇਖਾ ਪੁੱਠਾ ਪੁੱਠਾ ਦੋਸਤਾਂ ਵੇਖ ਲੈਣਾ ਸਿਹਤ ਚੈੱਕ ਕਰਨੀ ਹੈ ਗੱਬਣ ਹੈ ਮਾਸ਼ਾਅੱਲਾ ਜੀ ਖਾਣ ਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਡੋਗਰ ਸਾਹਿਬ ਸੁਬਾਹ ਕਿੰਨਵਾਂ ਸੋਣਾ ਇਹਨੇ ਸਾਹਿਬ ਦੂਸਰਾ ਮੂੰਹ ਛਿੱਕੀ ਸੁਬਾਹ ਦੂਸਰਾ ਸੋਣਾ 6 ਦੰਦ ਦੇ ਦਿਨ ਕਿੰਨੇ ਕਲੈ ਰਹੀ ਹੈ ਦਿਨ ਹੈ ਫਰਾਜ਼ ਸਾਹਿਬ 10-12 ਲਏਗੇ ਕਿੰਨੇ ਕੁ 10-12 ਦਿਨ ਲੈ 10-12 ਦਿਨ ਲਿੰਦੀ ਹੈ ਪਈ ਹੈ ਲੈ ਕੱਚੀ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਸੁਬਾਹ ਦੂਸਰਾ ਸੋਣਾ 6 ਦੰਦ ਸਿਹਤ 6 ਮਾਸ਼ਾਅੱਲਾ ਜੀ ਪ੍ਰਿੰਟ ਵੀ ਦੋਸਤਾਂ ਵੇਖ ਲੈਣੇ ਡੋਗਰ ਸਾਹਿਬ ਕੀ ਨਸਲ ਹੈ ਜਿਹਦੀ ਖਿਲਾਰ ਬਾਈ ਸਬਰ ਜ਼ਰਾ ਸਾਹਮਣੇ ਵੀ ਥਾਂ ਚੱਕ ਰਹੇ ਜਰਸੀ ਕ੍ਰਾਸ ਠੀਕ ਹੈ ਜੀ ਜਰਸੀ ਕ੍ਰਾਸ ਮਾਸ਼ਾਅੱਲਾ ਜੀ ਲੋ ਦੋਸਤੋ ਚੈੱਕ ਕਰ ਲਓ ਜੀ ਤੁਹਾਨੂੰ ਵੀ ਦੋਸਤਾਂ ਵੇਖ ਲੈ ਠੀਕ ਹੈ ਭਾਈ ਲੈ ਚਲੋ ਜੀ ਜੀ ਡੋਗਰ ਸਾਹਿਬ ਵੈਡ ਨੰਬਰ 2 ਦਾ ਰੇਟ ਸਾਹਿਬ ਕਿਸੇ ਭਰਾ ਦੋਸਤ ਨੂੰ ਪਸੰਦ ਹੋਈ ਸੇਲ ਹੀ 2,75,000 ਰੁਪਏ 2,75,000 ਨੰਬਰ 2 ਤੇ ਚੈੱਕ ਕਰਾਈਏ ਕੀਮਤ ਡਿਮਾਂਡ 2,75,000 ਜਰਸੀ ਕ੍ਰਾਸ ਅੱਗੇ ਲੈ ਆਓ ਜੀ ਭਾਈ ਤਸਵਰ ਨੰਬਰ 3 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਹੈ ਅਭੀ ਗੱਬਾ ਨੇ ਹਾਂਜੀ ਲੋ ਦੋਸਤੋ ਖੂਬਸੂਰਤੀ ਦੀ ਚੈੱਕ ਕਰਨੀ ਹੈ ਮਾਸ਼ਾਅੱਲਾ ਜੀ ਕੰਨ ਐਵੇਂ ਛੋਟੇ ਛੋਟੇ ਨੇ ਭਾਈ ਤਸਵਰ ਇੱਥੇ ਜ਼ਰਾ ਖਿਲਾਰੋ ਚਿਹਰਾ ਦਾ ਸਾਹਮਣੇ ਕਰੋ ਨਾਲ ਮੇਰੀ ਮਾਰ ਛੜੀ ਹੈ ਨਾ ਭਾਈ ਫਰਾਜ਼ ਦੋਵੇਂ ਸੱਚਣ ਹੈ ਸੁਭਾਅ ਆ ਜੋ ਨਹੀਂ ਇਸ ਡੇਰ ਤੇ ਅੱਛਾ ਹਾਂ ਰਾਤ ਦੀ ਸੂਈ ਜਾ ਗਈ ਵਿੱਚ ਵੱਛੀ ਦੋਈ ਹੋ ਗਿਆ ਮਾਸ਼ਾਅੱਲਾ ਜੀ ਪਿੱਛੇ ਤੇ ਵੱਛੀ ਹੈ ਨਾੜੂ ਵੀ ਦੋਸਤਾਂ ਵੇਖ ਲੈਣਾ ਸਾਹਮਣੇ ਨਜ਼ਰ ਆ ਰਿਹਾ ਜੀ ਸੁਭਾਅ ਦੂਸਰਾ ਸੂਈ ਹੈ ਅੱਜ ਸੁਭਾਅ ਹੀ ਸੂਈ ਹੈ ਚਵਾਈਏ ਕੀ ਕੀਤੀ ਹੈ ਹਾਂਜੀ ਪਹਿਲੀ ਚਵਾਈ ਸਾਰੇ ਕੱਢਤਾ ਕਿੰਨਾ ਬੋਲਾ ਕੱਢਿਆ ਬੋਲਾ ਹੈ ਜੇ ਕੋਈ 9-10 ਕਿਲੋ ਲੋ ਦੋਸਤੋ ਨੰਬਰ 3 ਤੇ ਚੈੱਕ ਕਰਾਨੇ ਆ ਪੇ ਜਰਸੀ ਤੇ ਚੋਲਸਤਾਨੀ ਕ੍ਰਾਸ ਇੱਕ ਦੀ ਚਵਾਈ ਹੋ ਗਈ ਹੈ ਦੂਸਰੀ ਚਵਾਈ ਹੁਣ ਦੀ ਹੋਣੀ ਹੈ ਪਿੱਛੇ ਦੇ ਵੱਛੀ ਪਹਿਲੀ ਚਵਾਈ ਚ ਕੋਈ 9 ਕੁ ਕਿਲੋ ਬੋਲਾ ਕੱਢਿਆ ਤੇ ਸ਼ਰਾਫਤ ਵੀ ਦੋਸਤਾਂ ਵੇਖ ਲਾ ਪਹਿਲਾਂ ਸਾਰਾ ਸੰਗ ਬੋਲਾ ਕੱਢਿਆ ਲੋ ਦੋਸਤੋ ਚੈੱਕ ਕਰ ਲੋ ਠੀਕ ਹੈ ਭਾਈ ਲੋ ਦੋਸਤੋ ਲਬਾਸ ਵੀ ਚੈੱਕ ਕਰਨਾ ਮਾਸ਼ਾਅੱਲਾ ਜੀ ਥੱਲੇ ਵੀ ਉਂਝ ਦੀ ਸ਼ਾਇ ਹੈ ਬਾਈ ਸਬਰ ਜ਼ਰਾ ਤੁਸੀਂ ਇਸ ਸਾਈਡ ਤੇ ਆਓ ਥਾਣਾ ਦੋਸਤਾਂ ਚੈੱਕ ਕਰਾਂ ਦੋ ਲੋ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਵੀ ਦੋਸਤਾਂ ਵੇਖਣੀ ਹੈ
ਸੋਹਣੀ ਵਣ ਤੇ ਥਣ ਲੱਗੇ ਨੇ ਸੂਆ ਦੂਸਰਾ ਤੇ ਚੁਆਈ ਇੱਕ ਹੀ ਹੋਈ ਹੈ ਜ਼ਿਆਦਾ ਜਰਸੀ ਤੇ ਕੁਛ ਚੁਲਸਤਾਨੀ ਕ੍ਰਾਸ ਪਿੱਛੇ ਤੇ ਵੱਛੀ ਹੈ ਵੱਛੀ ਜੀ ਸੇਮ ਹੀ ਨਸਲ ਹੈ ਜੀ ਠੀਕ ਹੈ ਠੀਕ ਹੈ ਭਾਈ ਲੈ ਚੱਲੋ ਜੀ ਨੰਬਰ 3 ਤੇ ਚੈੱਕ ਕਰਾਉਂਦੇ ਆਪਾਂ ਮਾਸ਼ਾਅੱਲਾ ਜੀ 6 ਦੰਦ ਸੂਆ ਦੂਸਰਾ ਸੂਈ ਹੈ ਬਸ ਦੋਸਤਾਂ ਫਿਰ ਵੇਖ ਲੈਣਾ ਬਰੀਡ ਅੱਛੀ ਹੈ ਕ੍ਰਾਸ ਮਜ਼ਬੂਤ ਹੈ ਤੇ ਪਿੱਛੇ ਵੱਛੀ ਮਾਸ਼ਾਅੱਲਾ ਜੀ ਜੀ ਡੋਗਰ ਸਾਹਿਬ ਵੈਰ ਨੰਬਰ 3 ਦਾ ਰੇਟ ਰਾਜ ਸਾਹਿਬ ਕਿਹੇ ਭਰਾ ਦੋਸਤ ਨੂੰ ਪਸੰਦ ਹੋਏ ਫਾਈਨਲ ਫਾਈਨਲ 3.5 ਦੇ ਦਿਆਂ 3,50,000 ਵੱਡੀ ਗਾਣਾ ਦਰਸ਼ਨ ਕਰਾਈਏ ਕਿ ਮੈਨੂੰ ਪਹਿਲਾਂ ਮੈਂ ਵੱਡੀ ਗਾਣਾ ਸ਼ੌਕ ਕਰਵਾ ਦਿਓ ਫਰਾਜ਼ ਸਾਹਿਬ ਗਾਣਾ ਹੀ ਹੈ ਤਿਆਰ ਹੁੰਦਾ ਹੀ ਹੈ ਅੱਛਾ ਇਹ ਵੇਖ ਕੇ ਜਿੱਦਣ ਲਿਬਾਸ ਤੇ ਚੰਗਾ ਕਰ ਗਈ ਵੀਰ ਘਰ ਛੜੇਗੀ ਵੈੜੀ ਜਿੱਦਣ ਮੇਰੀ ਤਿਆਰ ਹੋਏਗੀ ਨਾ ਜੀ ਜੀ ਸ਼ਾਇਦ ਚੈੱਕ ਕਰਾਓ ਦੋਸਤ ਮਾਸ਼ਾਅੱਲਾ ਜੀ ਲੋ ਦੋਸਤੋ ਇਹ ਹੁੰਦੀ ਹੈ ਕੁਆਲਿਟੀ ਚੀਜ਼ ਦੋਸਤਾਂ ਵੇਖ ਲੈਣੀ ਹੈ ਗੱਬਣ ਹੈ ਪ੍ਰਿੰਟ ਵੀ ਸੋਹਣਾ ਖੂਬਸੂਰਤੀ ਦੋਸਤਾਂ ਚੈੱਕ ਕਰਨੀ ਹੈ ਮਾਸ਼ਾਅੱਲਾ ਜੀ ਬਿਲਕੁਲ ਜੀ ਕਿਨਵਾ ਸੁਆ ਡੋਗਰ ਸਾਹਿਬ ਸੁਣਿਆ ਨੇ ਠੀਕ ਹੈ ਵੀ ਕਾਦਾ ਪਰ ਹਾਈਟ ਨਹੀਂ ਜਾਣੀ ਹੈ ਜਿੱਦਣ ਕਿਤੇ ਗਾਂ ਘੱਲਣੀ ਹੋਈ ਹੈ ਕਾਸ਼ੀ ਹੀ ਖੜੇਗਾ ਕਾਸ਼ੀ ਇੰਜਨੀਅਰ ਕਿਹੜੀ ਖੜੀ ਹੈ ਸੋਹਣੀ ਹੈ ਭਾਈ ਫਰਾਦ ਕੱਦ ਵੇਖੋ ਬੈਠੀ ਦਾ ਕਿੱਡਾ ਖਸਾਰਾ ਹੈ ਮਾਸ਼ਾਅੱਲਾ ਜੀ ਲਾਂ ਵੀ ਚੰਗੀ ਹੈ ਹਾਈਟ ਵੀ ਚੰਗੀ ਹੈ ਦੋਸਤਾਂ ਚੈੱਕ ਕਰ ਲੈਣਾ ਸੁਆ ਦੂਸਰਾ ਦੱਸਿਆ ਜੀ ਡੋਗਰ ਸਾਹਿਬ ਦਿਨ ਕਿੰਨੇ ਕੁ ਲੈ ਰਹੀ ਹੈ ਦਿਨ ਹੀ ਲੈ ਕੇ 5-4 ਠੀਕ ਹੈ 4-5 ਦਿਨ ਲੈਂਦੀ ਵੀ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਫਿਰ ਵੇਖ ਲੈਣਾ ਪ੍ਰਿੰਟ ਵੀ ਅੱਛਾ ਹੈ ਗੱਬਣ ਹੈ ਕੀ ਨਸਲ ਹੈ ਡੋਗਰ ਸਾਹਿਬ ਦੀ ਰਾਜ ਸਾਹਿਬ ਡੱਚ ਤੇ ਚੋਲਸਤਾਨੀ ਕ੍ਰਾਸ ਡੱਚ ਤੇ ਚੋਲਸਤਾਨੀ ਕ੍ਰਾਸ ਬਰੀਡ ਵੀ ਅੱਛੀ ਹੈ ਕ੍ਰਾਸ ਚੰਗਾ ਮਾਸ਼ਾਅੱਲਾ ਜੀ ਥਣ ਵੀ ਦੋਸਤਾਂ ਚੈੱਕ ਕਰਾ ਦਿੰਨੇ ਆ ਤਾਂ ਲੋਹਾ ਪਾਣੀ ਸ਼ੁਰੂ ਕੀਤਾ ਹੈ ਕਰਮਾ ਜੀ ਨੇ ਜੀ ਡੋਗਰ ਸਾਹਿਬ ਵੈੜ ਨੰਬਰ 4 ਦਾ ਰੇਟ ਭਰਾ ਸਾਹਿਬ ਇਹਦਾ ਰੇਟ ਫੋਨ ਦੇ ਉੱਤੇ ਹੀ ਹੋਏਗਾ ਨੰਬਰ 4 ਤੇ ਚੈੱਕ ਕਰਾਈਏ ਮਾਸ਼ਾਅੱਲਾ ਜੀ ਚੀਜ਼ ਸ਼ੋਕੀ ਹੈ ਗੱਬਾ ਨੇ ਕੋਈ 4-5 ਦਿਨ ਲੈਂਦੀ ਵੀ ਮਾਸ਼ਾਅੱਲਾ ਜੀ ਤੇ ਥਣ ਦੋਸਤਾਂ ਫਿਰ ਵੇਖਣੇ ਨੇ ਆਫਤਾਬ ਸਾਹਿਬ ਚੈੱਕ ਕਰਾਓ ਜੀ ਲਓ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ ਡੱਚ ਤੇ ਚੋਲਸਤਾਨੀ ਕ੍ਰਾਸ ਅਗਰ ਕਿਸੇ ਦੋਸਤ ਦੀ ਸਮਝ 'ਚ ਆਉਂਦੀ ਹੈ ਨੰਬਰ ਸਕਰੀਨ 'ਤੇ ਆ ਰਹੇ ਨੇ ਦੋਸਤ ਰਾਬਤਾ ਕਰ ਸਕਦੇ ਆ ਸਬਰ ਸਾਹਿਬ ਕੀ ਗੱਲ ਇੰਨੀ ਫੈਸਲਾ ਹੋ ਰਿਹਾ ਦੋਵੇਂ ਚੈੱਕ ਕਰਾਉਣੀਆਂ ਨੇ ਲੈ ਆਵੋ ਆ ਵੀ ਗੱਬਣ ਨੇ ਜੀ ਕੀ ਸੂਈ ਹੈ ਸਾਹਮਣੇ ਜਰਾ ਸਾਹਮਣੇ ਹੋ ਕੇ ਵੱਖਰੀ ਵਾਲੀ ਜੇਬ ਚ ਨਹੀਂ ਸੂਬੇਦਾਰ ਸਾਹਿਬ ਸਾਡੇ ਜਿੱਥੇ ਪਾਉਂਦੇ ਨੇ ਉਸ ਜੇਬ ਚ ਪਾਓ ਇਸ ਤਰ੍ਹਾਂ ਦੀਆਂ ਪੱਗਾਂ ਵਾਲੀਆਂ ਸੁਆ ਦੂਸਰਾ ਚੁਆਈ ਇੱਕ ਹੀ ਹੋਈ ਹੈ ਥੋੜਾ ਸਾਈਡ ਤੇ ਹੋ ਕੇ ਮੈਂ ਚੈੱਕ ਕਰਾਨਾ ਜੀ ਇਹ ਸ਼ਰਾਫਤ ਵੀ ਦੋਸਤਾਂ ਚੈੱਕ ਕਰਨੀ ਹੈ ਜੀ ਸੁਆ ਦੂਸਰਾ ਸੂਈ ਹੈ ਇੱਕ ਹੀ ਦੀ ਚੁਆਈ ਹੋਈ ਪਿੱਛੇ ਕੱਟਿਆ ਜੀ ਨਾੜੂ ਸਾਹਮਣੇ ਨਜ਼ਰ ਆ ਰਿਹਾ ਭਾਈ ਲਵਾਓ ਜ਼ਰਾ ਚੈੱਕ ਡੋਗਰ ਸਾਹਿਬ ਪਹਿਲੀ ਪਿਆਜ਼ ਦੀ ਛਿੱਲੜਨਾ ਬਹੁਤ ਚੈੱਕ ਕਰਾਓ ਜ਼ਰਾ ਬਰੀਕੀਆਂ ਚੈੱਕ ਕਰਾਓ ਜੇ ਇੰਜ ਸੂਬੇ ਦਾ ਸਾਹਿਬ ਚੈੱਕ ਕਰਾਉਂਦੇ ਨੇ ਉਹ ਡੋਗਰ ਸਾਹਿਬ ਨੂੰ ਉਸਤਾਦ ਮੰਨਦੇ ਨੇ ਆਪਣਾ ਦੋ ਚਾਰ ਵੀਡੀਓ ਚ ਜ਼ਿਕਰ ਕੀਤਾ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਦੇਖੋ ਸ਼ੈਫ ਰਾਜ ਸਾਹਿਬ ਚੀਜ਼ ਵੇਖੋ ਪਹਿਲੀ ਚੁਆਈ ਚ ਕਿੰਨਾ ਬੋਲਾ ਕੱਢਿਆ ਜੀ ਰਾਜ ਸਾਹਿਬ ਬੋਲਾ ਕੱਢਿਆ ਸੀ ਅੱਠ 9 ਕਿਲੋ ਇੱਕ ਹੀ ਚੁਆਈ ਹੋਈ ਹੈ ਸੁਆ ਦੂਸਰਾ ਸੂਈ ਹੈ ਪਿੱਛੇ ਤੇ ਕੱਟਿਆ ਲਿਬਾਸ ਵੀ ਦੋਸਤਾਂ ਚੈੱਕ ਕਰਨਾ
ਪਹਿਲੀ ਚੁਆਈ ਚ ਕੋਈ 8 ਕਿਲੋ ਬੋਲਾ ਕੱਢਿਆ ਭਾਈ ਸਾਹਿਬ ਇੱਥੇ ਜ਼ਰਾ ਸਿੱਧੀ ਖਿਲਾ ਰਿਓ ਦੋਸਤਾਂ ਨੂੰ ਚਲਾ ਵੀ ਚੱਕ ਰਹੀ ਡਾਕਾ ਡੂਕਾ ਨਹੀਂ ਇਹ ਟਾਈਮ ਦੇ ਟਾਈਮ ਹੀ ਕਰ ਮਾਰੀ ਇੰਜ ਹੁੰਦੀ ਐ ਹੋਣੀ ਪਸਮੀ ਐ ਪਸਮਾਈ ਇਹ ਚਿਹਰਾ ਵੀ ਇਹਦਾ ਸਾਹਮਣੇ ਕਰੋ ਜੀ ਲਓ ਜੀ ਦੋਸਤਾਂ ਚੈੱਕ ਕਰ ਲਓ ਮਾਸ਼ਾਅੱਲਾ ਜੀ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਪੱਕੀ ਮੁੱਚ ਤੇ ਕੁੰਡਾ ਸਿੰਘ ਬਰੀਕ ਚਿਹਰਾ ਲੰਬਾਈ ਚ ਠੀਕ ਭਾਈ ਸਬਰ ਲਾ ਚਲੋ ਜੀ ਪਿੱਛੇ ਦੇ ਕੱਟਿਆ ਦੋਸਤ ਨੂੰ ਵੀ ਚੈੱਕ ਕਰਾ ਦਿੱਤਾ ਬਾਡੀ ਸਕੋਰ ਚੰਗਾ ਖਿਲਾ ਰਹੇ ਜੀ ਡੋਗਰ ਸਾਹਿਬ ਝੋਟੀ ਨੰਬਰ ਇੱਕ ਦਾ ਰੇਟ ਝੋਟੀ ਨੰਬਰ ਇੱਕ ਉਹੀ ਪੁੱਛਣਾ ਨਾ ਪਿਆ ਭਰਾ ਸਾਹਿਬ ਫਾਈਨਲ ਫਾਈਨਲ ਕਿਸ ਭਰਾ ਦੋਸਤ ਨੂੰ ਪਸੰਦ ਹੋਈ ਯੈਸ ਤੇ ਨੋ 4.5 ਦੀ ਹੈ 4,50,000 ਫਾਈਨਲ ਠੀਕ ਹੈ ਨੰਬਰ 1 ਤੇ ਚੈੱਕ ਕਰਾਈਏ ਕੀਮਤ ਡਿਮਾਂਡ 4,50,000 ਬਾਈ ਸਬਰ ਇਸ ਸਾਈਡ ਤੇ ਲਿਆ ਸੂਰਜ ਪੈਂਦਾ ਉਧਰ ਇਹ ਪਹਿਲਾਂ ਨੇ ਜੀ ਹਾਂਜੀ ਪਹਿਲਾਂ ਨੇ ਦੋਂਦੀ ਤੋਂ ਚੋਗੀ ਹੋ ਰਹੀ ਹੈ ਚੰਗੀ ਪਹਿਲਵਾਨ ਚੀਜ਼ ਹੈ ਮਾਸ਼ਾਅੱਲਾ ਜੀ ਬਾਡੀ ਸਕੋਰ ਦੋਸਤਾਂ ਚੈੱਕ ਕਰ ਲੈਣਾ ਬਟਨ ਵੀ ਨੀਲੀ ਤੇ ਚੈੱਕ ਕਰਾਏ ਨੇ ਆ ਵੀ ਸੂਈ ਹੈ ਜੀ ਡੋਗਰ ਸਾਹਿਬ ਹਾਂਜੀ ਕਿੰਨੇ ਦਿਨ ਹੋ ਗਏ ਨੇ ਸੋਇਆ ਨੇ ਸਾਡਾ ਸੂਬੇਦਾਰ ਜਿਹੜਾ ਸਾਹਿਬ ਸਨ ਪੈਸਾ ਕਰੇ ਪਾਉਂਦੇ ਨੇ ਮਿਹਨਤ ਨਾਲ ਮਾਲ ਭੇਜਦੇ ਨੇ ਕਰੋ ਜੀ ਸ਼ਰਾਫਤ ਦੋਸਤਾਂ ਵੇਖੋ ਚੀਜ਼ਾਂ ਵੇਖੋ ਤੇ ਵੇਖੋ 10-11 ਕਿਲੋ ਬੋਲਾ ਵੇ ਜਿਸਮ ਜਿਹੜੀ ਥੱਲੇ ਸ਼ਾਇਦ 5 ਕਲਿਆਣ ਕੱਟੀ 5 ਕਲਿਆਣ ਤੇ ਬੁਰੇ ਰੰਗ ਚ ਮਾਸ਼ਾਅੱਲਾ ਜੀ ਪਿੱਛੇ ਦੇ ਕੱਟੀ ਆਪੀ ਵੀ ਕੱਟੀ ਹੈ ਸੂਆ ਪਹਿਲਾਂ ਸੂਈ ਹੈ ਜਿਸਮ ਤੇ ਪਸ਼ਮ ਵੀ ਚੈੱਕ ਕਰਨੀ ਹੈ ਸਿਹਤ ਚੰਗੀ ਹੈ ਦੋਂਦੀ ਤੇ ਚੋਗੀ ਹੋ ਰਹੀ ਹੈ ਕੱਲ ਦੀ ਸੂਈ ਹੈ ਬੋਲੇ ਤੇ ਖਿਲਾ ਰਹੇ ਬਾਈ ਸਬਰ ਇੱਥੇ ਅਦਾ ਹੁਣ ਚਿਹਰਾ ਵੀ ਸਾਹਮਣੇ ਕਰਿਓ ਜੀ ਸਿੰਘੀਆਂ ਵੀ ਦੋਸਤਾਂ ਵੇਖ ਲੈਣੀਆਂ ਨੇ ਮਾਸ਼ਾਅੱਲਾ ਜੀ ਚਿਹਰੇ ਦੀ ਖੂਬਸੂਰਤੀ ਚੈੱਕ ਕਰਨੀ ਹੈ ਚੀਜ਼ ਚੋਗੀ ਹੈ ਜਾਂ ਛਿੱਗੀ ਹੈ ਅੱਛਾ ਦੋਂਦੀ ਨਹੀਂ ਚੋਗੀ ਹੈ ਜਾਂ ਛਿੱਗੀ ਹੈ ਠੀਕ ਹੈ ਚੋਗੀ ਜਾਂ ਛਿੱਗੀ ਹਾਂਜੀ ਠੀਕ ਹੈ ਜੀ ਟੋਰੋ ਜੀ ਨੰਬਰ ਆ ਗਈ 2 ਤੇ ਪਿੱਛੇ ਤੇ ਕੱਟੀ ਮਾਸ਼ਾਅੱਲਾ ਜੀ ਥਣ ਦੋਸਤਾਂ ਫਿਰ ਵੇਖ ਲੈਣੇ ਨੇ ਪੁੱਠਾ ਵੀ ਦੋਸਤਾਂ ਚੈੱਕ ਕਰਨਾ ਮਾਸ਼ਾਅੱਲਾ ਜੀ ਪੂਰੀ ਸ਼ਾਨਦਾਰ ਚੀਜ਼ ਹੈ ਜੀ ਬਾਡੀ ਸਕੋਰ ਚੈੱਕ ਕਰਾਓ ਬਿਲਕੁਲ ਜੀ ਠੀਕ ਹੈ ਭਾਈ ਸਬਰ ਲੈ ਚਲੋ ਜੀ ਇੱਥੇ ਖਿਲਾਰੋ ਰੇਟ ਇੱਥੇ ਲਵਾ ਲਈ ਡੋਗਰ ਸਾਹਿਬ ਕੋਲ ਜੀ ਡੋਗਰ ਸਾਹਿਬ ਫਾਈਨਲ ਫਾਈਨਲ ਕਿਸ ਭਰਾ ਦੋਸਤ ਨੂੰ ਪਸੰਦ ਹੋਈ ਹੈ ਵੀ ਝੋਟੀ 4,60,000 ਦਿੰਦੇ ਆ 4,60,000 ਠੀਕ ਹੈ ਭਾਈ ਲੈ ਚਲੋ ਜੀ ਨੰਬਰ 2 ਤੇ ਚੈੱਕ ਕਰਾਈਏ ਚੰਗੀ ਪਹਿਲਵਾਨ ਚੀਜ਼ ਹੈ ਵੀ ਪਹਿਲਾਂ ਨੇ ਚੋਗੀ ਜਾਂ ਛਿੱਗੀ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ ਨਜ਼ਾਰਾ ਦੋਸਤਾਂ ਕਰ ਲੈਣਾ ਤੇ ਆਜ਼ਮ ਡੋਗਰ ਸਾਹਿਬ ਦੀ ਮਿਹਨਤ ਹੈ ਉਧਰੋਂ ਜੂ ਚ ਜਾਨਵਰ ਇੱਥੇ ਭੇਜਦੇ ਨੇ ਪਿਆ ਅੱਜ ਖੁਦ ਨਹੀਂ ਮੌਜੂਦ ਤੇ ਮਾਸ਼ਾਅੱਲਾ ਜੀ ਦੋਸਤਾਂ ਵੀ ਕਮੈਂਟ ਕਰਕੇ ਆਪਣੀ ਰਾਇ ਚੀਜ਼ ਦਾ ਐਲਾਨ ਰੱਖਿਆ ਹੈ ਦਾ ਸਾਡੇ ਕੋ ਸਾਬਤ ਕਰੇ ਮੱਲੂ ਮੋੜ ਦੀ ਹੈ ਸ਼ੇਪਰੇ ਦੀ ਹੋ ਕੇ ਜੂ ਦੀ ਹੈ ਜੀ ਜੀ ਜਾਂ ਮੱਝ ਸਾਡੀ ਸਿਆਲਕੋਟ ਦੀ ਹੈ ਅਸੀਂ ਉਸ ਬੰਦੇ ਨੂੰ 5 ਲੱਖ ਭਾਈ ਬਰਾ ਦਾ ਝੋਟੀ ਪੱਕੀ ਹੁਣ ਅੱਜ ਤੱਕ ਆਪਣੇ ਇਲਾਕੇ ਦੇ ਦਰਸ਼ਨ ਕਰਾ ਤਾਂ ਨਹੀਂ ਲਈ ਹੈ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਜੀ ਹੁਣ ਪਸਮ ਕੀ ਇਹ ਤਾਂ ਪਸਮ ਕੇ ਥਾਂ ਦੋਸਤਾਂ ਵੇਖ ਲੈਣੇ ਨੇ ਕਿਹੜਾ ਕਿਹੜਾ ਕਰਮ ਵਾਲੇ ਥਣ ਲਾਇਆ ਲਓ ਜੀ ਦੋਸਤਾਂ ਠੀਕ ਮਜ਼ੀਦ ਡੋਗਰ ਸਾਹਿਬ ਦੋਸਤਾਂ ਵਾਸਤੇ ਪੈਗਾਮ ਕੋਈ ਗਲਤੀ ਕੀਤੀ ਹੋਈ ਉਹਦੀ ਮਾਂ ਦੇ ਚਾਨੇ ਆ ਭਾਈ ਸਪੈਰ ਆਏ ਨੇ ਇਹ ਤਸਵਰ ਸਾਹਿਬ ਦੱਸਦੇ ਨੇ ਪਏ ਇਹ ਜਾਨਵਰ ਹੋਰ ਵੀ ਮੌਜੂਦ ਨੇ ਜਿਹੜੀਆਂ ਹੋਣ ਆਈਆਂ ਨੇ ਇਹ ਗੱਬਨ ਨੇ ਲੈ ਕੱਚੀਆਂ ਨੇ
ਯਾਨੀ ਕਿ ਦੋਸਤ ਡੇਰੇ ਤੇ ਵੀ ਆ ਸਕਦੇ ਨੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਜੀ ਭਾਈ ਜ਼ਬੈਰ ਸਾਹਿਬ, ਕੀ ਹਾਲ ਹੈ? ਠੀਕ ਹੋ ਜੀ? ਸ਼ੁਕਰ ਕਰਮ ਅੱਲਾ ਦਾ ਜੀ, ਤੁਸੀਂ ਸੁਣਾਓ? ਅੱਲਾ ਪਾਕ ਦਾ ਸ਼ੁਕਰ, ਉਹਦੀ ਜ਼ਾਤ ਦਾ ਕਰਮ ਹੈ। ਸਰ ਕਿਸ ਜਗ੍ਹਾ ਤੂੰ ਤਸ਼ਰੀਫ ਲੈ ਕੇ ਆਏ ਹੋ? ਸ਼ਰਪੁਰ ਸ਼ਰੀਫ ਤੋਂ। ਠੀਕ ਹੈ, ਪਹਿਲੀ ਦਫਾ ਕੀਤੀ ਖਰੀਦਦਾਰੀ ਜਾਂ ਰੈਡੀ ਖਰੀਦਦਾਰੀ ਕੀਤੀ? ਨਹੀਂ, ਇੱਥੇ ਪਹਿਲੀ ਦਫਾ ਸਾਡੇ ਕੋਲ ਪਹਿਲੀ ਦਫਾ ਹੀ ਆਏ ਨੇ। ਦੋਸਤਾਂ ਨੂੰ ਜਿਹੜਾ ਤੁਹਾਡਾ ਤਜਰਬਾ ਵੇ, ਜੋ ਹਕੀਕਤ ਹੈ, ਜੋ ਸੱਚਾਈ ਹੈ, ਡੋਗਰ ਸਾਹਿਬ ਕੋਲ ਤੁਸੀਂ ਖਰੀਦਦਾਰੀ ਕੀਤੀ ਹੈ, ਦੋਸਤਾਂ ਨੂੰ ਆਪਣਾ ਤਜਰਬਾ ਸ਼ੇਅਰ ਕਰ ਦਿਓ। ਨਹੀਂ ਜੀ, ਡੋਗਰ ਸਾਹਿਬ ਕੋਲ ਖਰੀਦਦਾਰੀ ਕਰਨ ਦਾ ਮਜ਼ਾ ਆਇਆ ਇਨਸ਼ਾਅੱਲਾ, ਤੇ ਬਹੁਤ ਅੱਛਾ ਮੁਨਾਸਬ ਰੇਟ ਤੇ ਦੋ ਗਾਵਾਂ ਤਿੰਨ ਲਈਆਂ ਨੇ ਇਹਨਾਂ ਕੋਲ। ਠੀਕ ਹੈ, ਤਾਵਨ ਵੀ ਕੀਤਾ ਨੂੰ? ਬਹੁਤ ਤਾਵਨ, ਚੀਜ਼ਾਂ ਚੰਗੀਆਂ ਨੇ, ਚੰਗੀਆਂ ਚੀਜ਼ਾਂ ਦਿੱਤੀਆਂ ਨੇ। ਚਲੋ ਸਰ, ਤੁਹਾਡਾ ਵੀ ਸ਼ੁਕਰੀਆ, ਡੋਗਰ ਸਾਹਿਬ ਤੁਹਾਡਾ ਵੀ ਸ਼ੁਕਰੀਆ। ਮਜ਼ੀਦ ਕੋਈ ਪੈਗਾਮ? ਨਹੀਂ ਦੋਸਤਾਂ ਕੋਲ ਜ਼ਿਆਦਾ ਲੈਣੇ। ਓਕੇ, ਅੱਲਾ ਹਾਫਿਜ਼ ਜੀ। ਡੋਗਰ ਸਾਹਿਬ ਬਹੁਤ ਸ਼ੁਕਰੀਆ, ਉਮੀਦ ਕਰਨਾ ਦੋਸਤਾਂ ਨੂੰ ਵੀ ਪਸੰਦ ਆਈ ਹੋਏਗੀ। ਸਾਰੇ ਦੋਸਤਾਂ ਦੀ ਗੁਜ਼ਾਰਿਸ਼ ਹੈ ਜੀ, ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਹੈ। ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।